ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਹਾਂਜੀ ਵੈਲਕਮ ਜੀ, ਆਨੂੰ ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ, ਸਤਿ ਸ੍ਰੀ ਅਕਾਲ ਜੀ। ਇਹ ਦੋਨੋਂ ਕਿਤਾਬਾਂ ਜਿਹੜੀਆਂ ਤੁਸੀਂ ਦੇਖੋਗੇ ਇਹ ਸਾਡੇ ਪਾਸ ਪਹੁੰਚ ਚੁੱਕੀਆਂ ਨੇ ਅਮਨ ਜੀ ਦੀਆਂ, ਔਰ ਦੋਨਾਂ ਦੇ ਉੱਤੇ ਸਨ 47 ਦੇ ਅਤੇ ਨਾਲ ਦੀ ਨਾਲ ਪ੍ਰੇਰਨਾ ਦਾ ਸੋਮਾ ਕਪੂਰ ਚੰਦ ਗਰਗ, ਇਹ ਨੇ ਕਿਤਾਬਾਂ, ਔਰ ਦੋਨੋਂ ਕਿਤਾਬਾਂ ਜਿਹੜੀਆਂ ਨੇ ਕੋਈ ਬਹੁਤ ਹੀ ਵੱਡੀ ਤਾਦਾਦ ਨੇ, ਆਈ ਥਿੰਕ 60-60 ਭੇਜੀਆਂ ਨੇ ਅਮਨ ਜੀ ਨੇ। ਔਰ ਤੁਸੀਂ ਮੈਨੂੰ ਪਰਸਨਲ ਫੋਨ ਕਰਕੇ ਆਪਣੀ ਰਾਖਵੀਂ ਰੱਖ ਸਕਦੇ ਹੋ, ਕਿਤਾਬ ਪੜ੍ਹਨ ਯੋਗ ਨੇ। 6 4 4 7 7 16 7 16 97 94 ਅਤੇ ਇੱਕ ਦੋ ਜਗ੍ਹਾ 'ਤੇ ਅਸੀਂ ਰਾਖਵੀਂ ਦੀ ਵੀ ਕੋਸ਼ਿਸ਼ ਕਰਾਂਗੇ। ਤੁਹਾਡੇ ਵੱਲੋਂ ਕਾਫੀ ਕੱਲ੍ਹ ਫੋਨ ਕਾਲਸ ਆਏ ਨੇ, ਕਿਉਂਕਿ ਇਸ ਪ੍ਰੋਗਰਾਮ ਨੂੰ ਬੜੇ ਲਾਰਜ ਸਕੇਲ 'ਤੇ ਵੱਖ ਵੱਖ 13-20 ਨੂੰ ਜਿਹੜਾ ਹੈ ਥਾਵਾਂ 'ਤੇ ਸੁਣਿਆ ਜਾਂਦਾ, ਅਤੇ ਉੱਥੋਂ ਜਿਹੜੇ ਪੜ੍ਹਨ ਵਾਲੇ ਨੇ ਉਹਨਾਂ ਦੇ ਫੋਨ ਆ ਰਹੇ ਨੇ, ਸਾਨੂੰ ਕਿਤੇ ਸ਼ਿਪ ਕਰ ਦਿਉ ਜੀ। ਸ਼ਿਪ ਕਰਨਾ ਹੁਣ ਉਹਦੇ 'ਤੇ ਖਰਚਾ ਕਾਫੀ ਆ ਜਾਣਾ ਤੁਹਾਨੂੰ। ਇੱਥੇ ਕੋਈ ਤੁਹਾਡਾ ਆਉਂਦਾ ਜਾਂਦਾ ਮਿੱਤਰ ਹੋਵੇ ਤਾਂ ਆਪਣਾ ਤੁਸੀਂ ਟੈਕਸ ਕਰਕੇ ਸਾਡੇ ਕੋਲ ਰਾਖਵੀਂ ਕਰ ਸਕਦੇ ਹੋ, ਧੰਨਵਾਦੀ ਹੋਵਾਂਗੇ। ਵੋਇਸ ਆਫ ਸਿਟੀ 13:20 AM ਤੁਸੀਂ ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਕੀ ਸੁੱਚਾ ਸਿੰਘ ਲੰਗਾਹ ਨੂੰ ਪੰਥ ਵਿੱਚ ਵਾਪਸੀ ਲਈ ਜਿਹੜਾ ਮਤਾ ਪਾਸ ਹੋਇਆ, ਇਹਦੀ ਕੁਸਰ ਮਸੂਰੀ ਹੈ ਕੋਈ ਸੱਚਾਈ ਜਾਂ ਸਵਾਲੀਆ ਫਿਕਰ ਹੈ ਜੀ? ਦਿਲਵਾਲੀ ਜੀ, ਮੈਂ ਜਿਹੜੇ ਇੱਕ ਬਹੁਤ ਵੱਡਾ ਮੀਡੀਆ ਅਦਾਰਾ, ਬਹੁਤ ਵੱਡਾ ਪੰਜਾਬ ਦਾ, ਭਾਰਤ ਦਾ ਬਹੁਤ ਵੱਡਾ, ਉਹਨਾਂ ਨੇ ਆਪਣੀ ਵੈਬਸਾਈਟ ਦੇ ਉੱਤੇ ਇਹ ਖਬਰ ਚਾੜ ਦਿੱਤੀ, ਅਪਲੋਡ ਕਰ ਦਿੱਤੀ, ਤੇ ਉਹ ਜਦੋਂ ਓਪਨ ਹੈਡਿੰਗ ਆ ਗਿਆ, 2-3 ਲਾਈਨਾਂ ਆ ਗਈਆਂ, ਉਸ ਤੋਂ ਬਾਅਦ ਦੇ ਵਿੱਚ ਉਹ ਓਪਨ ਨਹੀਂ ਹੋ ਰਹੀ ਸੀ। ਤੇ ਹੁਣ ਮੈਂ ਜਦੋਂ ਚੈੱਕ ਕਰ ਰਹੀ ਸੀ ਦੁਬਾਰਾ ਕਿ ਸ਼ਾਇਦ ਖਬਰ ਪੂਰੀ ਅਪਡੇਟ ਕਰ ਦਿੱਤੀ ਜਾਂ ਨਹੀਂ ਕਰ ਦਿੱਤੀ, ਤੇ ਉਹ ਜਿਹੜਾ ਸਿਰਲੇਖ ਸੀ, ਹੈਡਿੰਗ ਸੀ ਤੇ 2-4 ਲਾਈਨਾਂ ਸੀ, ਉਹ ਵੀ ਉਹਨਾਂ ਨੇ ਉਡਾ ਦਿੱਤੀਆਂ। ਖਿਚੜੀ ਤੇ ਮੀਡੀਆ ਹਲਕੇ ਨੇ ਛੇੜ ਦਿੱਤੀ ਹੋਈ ਆ ਕਿ ਕਲਾਨੌਰ ਦੇ ਵਿੱਚ ਇੱਕ ਮੀਟਿੰਗ ਹੋਈ, ਰੈਲੀ ਹੋਈ ਅਕਾਲੀਆਂ ਦੀ, ਉਸ ਹਲਕੇ ਦੇ ਅਕਾਲੀਆਂ ਦੀ ਮੀਟਿੰਗ ਹੋ ਰਹੀ ਸੀ, ਇਹਦੀ ਤਿਆਰੀ ਤੇ ਬੜੇ ਦਿਨਾਂ ਤੋਂ ਚੱਲ ਰਹੀ ਸੀ ਕਿ ਉਸ ਰੈਲੀ ਵਾਸਤੇ ਮੀਟਿੰਗ ਕੀਤੀ ਜਾ ਰਹੀ ਸੀ ਕਲਾਨੌਰ ਦੇ ਅਕਾਲੀਆਂ ਵੱਲੋਂ, ਜਿਹੜੀ ਉਹ ਮੀਟਿੰਗ ਹੀ ਪਿਛਲੇ ਦਿਨ ਇੱਕ ਰੈਲੀ ਦਾ ਰੂਪ ਧਾਰ ਗਈ ਕਿ ਇੰਨਾ ਉਤਸ਼ਾਹ ਉਸ ਹਲਕੇ ਦੇ ਲੋਕਾਂ ਦੇ ਵਿੱਚ ਆ ਅਕਾਲੀ ਦਲ ਪ੍ਰਤੀ। ਸੁਖਬੀਰ ਬਾਦਲ ਹੋਰਾਂ ਨੇ ਜਿਹੜੇ ਪਿਛਲੇ ਦਿਨੀ ਐਲਾਨ ਕੀਤੇ ਆ, 13 ਐਲਾਨ ਕੀਤੇ ਆ ਉਹਨਾਂ ਨੇ ਚੋਣ ਨੁਕਤੇ ਲੈ ਕੇ ਆਏ ਨੇ, ਉਹਨੂੰ ਲੈ ਕੇ ਹੀ ਚਰਚਾ ਹੋਣੀ ਸੀ ਅੱਜ ਦੇ ਇਸ ਮਸਲੇ ਦੇ ਉੱਤੇ ਵੀ। ਤੇ ਉਸ ਕਲਾਨੌਰ ਵਾਲੀ ਰੈਲੀ ਬਾਰੇ ਹੀ ਖਬਰ ਆ ਰਹੀ ਸੀ ਕਿ ਉਹਦੇ ਵਿੱਚ ਸੁੱਚਾ ਸਿੰਘ ਲੰਗਾਹ ਦੀ ਪੰਥ ਚ ਵਾਪਸੀ ਲਈ ਵੀ ਮਤਾ ਪਾਸ ਹੋਇਆ, ਹੈਡਿੰਗ ਉੱਪਰ ਦਾ ਇਹ ਲਾ ਕੇ, ਤੇ ਹੁਣ ਉਹ ਖਬਰ ਬੁਝਾ ਦਿੱਤੀ ਗਈ। ਹੁਣ ਉਹ ਜਿਹੜੇ ਲੋਕ, ਮੈਂ ਕੋਸ਼ਿਸ਼ ਕਰ ਰਹੀ ਸੀ ਕਿ ਉਸ ਹਲਕੇ ਦਾ ਕੋਈ ਪੱਤਰਕਾਰ ਜਾਂ ਕੋਈ ਹੋਰ ਸੱਜਣ ਮਿੱਤਰ ਇਹਦੇ ਬਾਰੇ ਅਪਡੇਟ ਦੇ ਸਕੇ, ਕਿਉਂਕਿ ਜਿਹੋ ਜਿਹੀ ਗੱਲ ਹੁੰਦੀ ਆ ਜਿਹਦੇ ਚ 5% 10% ਵੀ ਸੱਚਾਈ ਹੁੰਦੀ ਆ, ਤੇ ਸੋਸ਼ਲ ਮੀਡੀਆ ਤੇ ਹੰਗਾਮਾ 2-4 ਮਿੰਟ ਤੱਕ ਹੋ ਜਾਣਾ। ਹੋ ਸਕਦਾ ਕਿ ਮੀਡੀਆ ਦੀ ਜਿਵੇਂ ਆਦਤ ਹੁੰਦੀ ਆ ਕਿ ਜਿਹੜੀ ਟੇਬਲ ਨਿਊਜ਼ ਬਣਾ ਕੇ ਇੱਕ ਚਰਚਾ ਛੇੜ ਦੇਣੀ ਤੇ ਉਸ ਤੋਂ ਬਾਅਦ ਵਿੱਚ ਪਿੱਛੇ ਹਟ ਜਾਣਾ, ਉਹੀ ਜਿਹੀ ਹਰਕਤ ਵੀ ਹੋ ਸਕਦੀ ਆ। ਪਰ ਇਹ ਜ਼ਰੂਰ ਆ ਕਿ ਲੰਗਾਹ ਹੋਰਾਂ ਦੇ ਜਿਹੜੇ ਸਮਰਥਕ ਨੇ, ਜਿਹੜੇ ਉਹਨਾਂ ਦੇ ਨਾਲ ਉੱਥੇ ਜਾਂਦੇ ਨੇ, ਕਿ ਵਾਰ ਵਾਰ ਲੰਗਾਹ ਹੋਰੀ ਵੀ ਬੇਨਤੀ ਕਰ ਰਹੇ ਆ ਕਿ ਮੈਨੂੰ ਮਾਫ ਕਰ ਦਿਓ, ਕਦੀ ਉਹ ਬਾਦਲ ਸਾਹਿਬ ਨੂੰ ਰੱਬ ਦੱਸਦੇ ਆ, ਕਦੀ ਉਹ ਜਥੇਦਾਰ ਸਾਹਿਬ ਨੂੰ ਰੱਬ ਦੱਸਦੇ ਆ, ਤੇ ਇਸ ਤਰ੍ਹਾਂ ਤਰਲੇ ਕਰ ਰਹੇ ਆ ਉਹ। ਪਰ ਉਸ ਵੇਲੇ ਉਹਨਾਂ ਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਸਮਰਥਕ ਹੁੰਦੇ ਆ, ਜਿਹੜੇ ਚਾਹੁੰਦੇ ਆ ਕਿ ਲੰਗਾਹ ਨੂੰ ਪੰਥ ਚ ਵਾਪਸ ਲੈ ਲਿਆ ਜਾਵੇ, ਤੇ ਹੁਣ ਜਿਹੜਾ ਚੋਣ ਵਰਾ ਚੱਲ ਰਿਹਾ ਉਹਦੇ ਚ ਸਿਆਸੀ ਸਰਗਰਮੀ ਲੰਗਾਹ ਦੀ ਅਗਵਾਈ ਦੇ ਵਿੱਚ ਹੀ ਉਹ ਚਲਾਉਣਾ ਚਾਹੁੰਦੇ ਆ। ਦੋਸਤੋ ਤੁਸੀਂ ਸੁਣਦੇ ਦੇਖਦੇ ਜਾ ਰਹੇ ਹੋ, ਮਤਾ ਪਾਸ ਹੋਇਆ ਨਹੀਂ ਹੋਇਆ ਉਹ ਇੱਕ ਵੱਖਰਾ ਇਸ਼ੂ ਆ, ਪਰ ਲੰਗਾਹ ਹੋਰਾਂ ਦੇ ਸਮਰਥਕ ਚਾਹੁੰਦੇ ਜ਼ਰੂਰ ਨੇ। ਇਹਦੇ ਚ ਇੱਕ ਜੇ ਨੈਤਿਕਤਾ ਦੇ ਤੌਰ ਦੇ ਉੱਤੇ ਆਪਾਂ ਦੇਖੀਏ ਕਿ ਅਦਾਲਤ ਨੇ ਉਹਨਾਂ ਨੂੰ ਬਰੀ ਕਰ ਦਿੱਤਾ, ਇੱਕ ਤਰ੍ਹਾਂ ਦੋਸ਼ ਮੁਕਤ ਕਰ ਦਿੱਤਾ। ਜਿਹੜੀ ਬੀਬੀ ਦੇ ਨਾਲ ਉਹਨਾਂ ਦੀ ਉਲਟਰਾਜ ਜੋ ਵੀਡੀਓ ਆਈ, ਉਹ ਬੀਬੀ ਮੁਕਰ ਹੀ ਗਈ, ਸਾਫ਼ ਹੀ ਮੁਕਰ ਗਈ। ਉਹ ਤੇ ਬਿਲਕੁਲ ਸਾਫ਼ ਸੁਥਰੀ ਹੋ ਕੇ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਜਾਂ ਸਮਾਜ ਦੀਆਂ ਨਜ਼ਰਾਂ ਦੇ ਵਿੱਚ ਉਹ ਤੇ ਆਪਣੇ ਸਾਈਡ ਦੇ ਉੱਤੇ ਹੋ ਕੇ ਬੈਠ ਗਈ, ਇਕੱਲਾ ਸੁੱਚਾ ਸਿੰਘ ਲੰਗਾਹ ਹੀ ਇਸ ਮਾਮਲੇ ਦੇ ਵਿੱਚ ਦੋਸ਼ੀ ਬਣ ਕੇ ਉਹ ਭੁਗਤ ਰਿਹਾ। ਕੁਝ ਸ਼ਰਤਾਂ, ਕੁਝ ਕੁੰਡੀਆਂ, ਕੁਝ ਜਿਹੜੇ ਨੇ ਉਹ ਤੁਹਾਨੂੰ ਪਤਾ ਹੈ ਕਿ ਰਾਜਨੀਤਿਕ ਪੈਂਤੜੇ ਜਿਹੜੇ ਨੇ ਉਹ ਸੁੱਚਾ ਸਿੰਘ ਲੰਗਾਹ ਉਹਨਾਂ ਨੇ ਇੱਕ ਵੇਲੇ ਆਪਣੀਆਂ ਚਮਦੀਆਂ ਚਲਾਈਆਂ ਨੇ, ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਰੱਬ ਦੱਸਣ ਵਾਲੇ, ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਰੱਬ ਦੱਸਣ ਵਾਲੇ ਸੁੱਚਾ ਸਿੰਘ ਲੰਗਾਹ ਇੱਕ ਵੇਲੇ ਨਾਮ ਹੈ ਅਕਾਲ ਤਖ਼ਤ ਸਾਹਿਬ 'ਤੇ ਆ ਕੇ ਉਹਨਾਂ ਨੇ ਸ਼ਰੇਆਮ ਢਾਡੀਆਂ ਦੀ ਜੋ ਲਾਹਪਾ ਕੀਤੀ ਹੈ, ਜੋ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਬੇਇੱਜ਼ਤ ਕੀਤਾ ਹੈ, ਹੁਣ ਉਸੇ ਅਕਾਲ ਤਖ਼ਤ ਸਾਹਿਬ 'ਤੇ ਵੇਖ ਲਓ ਕਿ ਆ ਕੇ ਆਪਣੀ ਉਹ ਭੁੱਲ ਬਖਸ਼ਾ ਰਹੇ ਨੇ। ਇਹਦੇ ਵਿੱਚ ਰਾਜਨੀਤੀ ਹੈ, ਇੱਕ ਫੋਟੋ ਆਈ ਸੀ ਪਿਛਲੇ ਦਿਨੀ, ਬਾਕੀ ਸਾਰੇ ਨੰਗੇ ਪੈਰੀ ਨੇ, ਅਤੇ ਸੁੱਚਾ ਸਿੰਘ ਲੰਗਾਹ ਉਹਨਾਂ ਨੇ ਜੁੱਤੀ ਪਾਈ ਹੋਈ ਆ ਉਸੇ ਹੀ ਜਗ੍ਹਾ ਦੇ ਉੱਤੇ। ਚਲੋ ਸ਼ਾਇਦ ਹੋ ਸਕਦਾ ਕਿ ਉਹ ਡੇਲੀ ਬੇਸ 'ਤੇ ਜਾਂਦੇ ਹੋਣ, ਦੂਜੇ ਜਿਹੜੇ ਨੇ ਵੈਸੇ ਹੀ
आए होण ओह भी चर्चा च। जे हुण सुच्चा सिंह लंगा माफ़ी मंग रहा है, बाकी कई थावां दे उत्ते इहो जिहा कुछ हो जाता है कि जिथे साडे जथेदार उन्हां नूं आ हुणे ही गुरद्वारा नानक माता दे जिहड़े जो कुछ हो के हटिया उत्थे उन्हां नूं लंगर की मतलब सेवा तो कीर्तन सुन की सेवा जी तनखाह लाई है, तनखाह तो इसनों भी इस तरह की लगनी जी कि कर ही रहा सेवा, चलो अंदरों कर रहा बाहरों कर रहा रब जानता, परंतु बलात्कारी साध नूं इन्हां ने माफ कर दिता जिन्हों कोर्ट ने सजा दी है। हाँ जी जी, ये रोज गल च पला पा के उत्थे, चलो मैनू नहीं पता कि वह किस तरीके दे नाल पेश हो रहा उत्थे हो रहा है, तो हुण इहदे ते राजनीति आ ना फिर, जे हुण सरदार सुखबीर सिंह बादल तुसीं अलानौर दे कट की गल करदे हो तो फिर जथेदार कौन होया, ये बड़ा वड्डा सवाल। की बेबी जथेदार साडा जथेदार है जिसनों भाई सरदार जसबीर सिंह पट्टी होनी बेबी कह के बुलाउंदे ने, कि जां साडी जथेदार की स्टैंप कोई होर है जिथे लगती है तो उत्थों आके चिट्ठी पढ़ी जाती है, वेखण वाली सोचण वाली विचारण वाली गल तो यह सारे नूं पता ही है। खैर नहीं भी आप अगे वधदे हां, सिद्धू नवजोत चर्चा के विच है, हुणे ही तुसीं खबर भी सुनाई है, बीबी परनीत कौर साबका विदेश मंत्री ने मुख्यमंत्री अमरिंदर सिंह हुणां दी धर्मपत्नी है, सिद्धू एक सलाहकार ही रखे जिहड़ा बस इन्ना दसे की दसे ये तुसीं दस दिओ। पहला कॉल लै लईए एक, हैलो समर्थक होंगे जिवें पता बई जे रस्ता च आ गया लगा ते चलो थोड़ा बहुत इत्थे हुंदियां दोवे तरह दियां प्रजातियां जिहड़ियां ओह पाईआं जांदियां ने समर्थकां दियां। हां जी सिद्धू एक सलाहकार ही रखे जेड़ा बस इन्ना दसे की कहना चाहो। जो कुछ दिलबाग जी नवजोत सिंह सिद्धू होरी कर रहे हैं ठीक है, उन्हां दा जेड़ा नजरिया पंजाब प्रति फिक्रमंदी है जेड़ी उन्हां दी ओ जायज आ, उहदा समर्थन भी करना बनता, उन्हां नूं शाबाशी भी देनी बनती है कि अपनी ही पार्टी की सरकार होने के बावजूद वह घट्टो घट सवाल करन दा हिया तो कर रहे हैं, पर अज जदों चोणां सिर दे उत्ते आ गईआं होईआं सारिया तरह अपन सियासी सरगर्मियां उस तरीके चला रही ने कि असी चोणा लड़दी हाँ असी चोण मैदान दे विच आउणा, इहो जे समय सवाल खड़े करके गल्लां तिखियां गल्लां करके नवजोत सिंह सिद्धू होरी किते ना किते अपनी पार्टी नूं ताल ला रहे आ, जिहड़े सीनियर कांग्रेसी आगू ने ओह इही फिक्रमंदी जताउण लगे होए आ, उहदे विच नवजोत सिंह सिद्धू दे पक्ष दे विच खड़न वाले भी ने, उहदे च कैप्टन अमरिंदर सिंह दे समर्थक भी ने, जां जिहड़े पार्टी प्रति जड़े कोई हमदर्दी रखते ने समर्थन करते ने वह भी लोग ने। और बीबी परनीत कौर ने जिस तरह कहा कि सिद्धू नूं सोच के गल करनी चाहिए आ सरकार उन्हां दी आ, इहो जी शब्दावली विरोधी तरह भी बोल रही ने कि सिद्धू साहब नूं पता होना चाहिए कि सरकार साडी ही पार्टी की आ, वो विरोधी धिर बन के गल्लां ना करन, विरोधी धिर बन के सवाल ना खड़े करन, ਉਹ ਇਹ ਦੱਸਣ ਕਿ ਸਾਡੀ ਸਰਕਾਰ ਇੰਨੇ ਸਮੇਂ ਦੇ ਵਿੱਚ ਆਹ ਕੁਝ ਕਰ ਦੇਗੀ, ਜਾਂ ਫਿਰ ਉਹ ਇਹ ਦੱਸਣ ਜਿਹੜੀ ਬਿਆਨਬਾਜ਼ੀ ਕਰ ਰਹੇ ਆ ਕਿ ਅਸੀਂ ਬਿਜਲੀ ਸਮਝੌਤੇ ਰੱਦ ਕਰ ਦੇਵਾਂਗੇ, ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ, ਅਸੀਂ ਨਸ਼ੇ ਵਾਲੀ ਜਿਹੜੀ ਡਰੱਗ ਰਿਪੋਰਟ ਆ STF ਦੀ ਉਹਨੂੰ ਵੀ ਜਨਤਕ ਕਰਾਂਗੇ, ਜਾਂ ਫਿਰ ਉਹ ਇਹ ਦੱਸਣ ਕਿ ਉਹ ਕੈਪਟਨ ਸਰਕਾਰ ਦੇ ਇਹ ਰਹਿੰਦੇ ਕਾਰਜਕਾਲ ਦੇ ਸਮੇਂ ਦੌਰਾਨ ਹੀ ਇਹ ਸਾਰਾ ਕੁਝ ਕਰਾਉਣਗੇ, ਜਾਂ ਫਿਰ ਆਉਂਦੀ ਸਰਕਾਰ ਵੱਲੋਂ ਵਾਅਦੇ ਕਰ ਰਹੇ ਆ ਉਹ। ਇਹ ਦੋ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਆ, ਤੇ ਕਾਂਗਰਸ ਦੇ ਇੱਕ ਬੁਲਾਰੇ ਨੇ ਜਸਵਿੰਦਰ ਸਿੰਘ ਸਿੱਖਾਂ ਵਾਲਾ ਉਹਨਾਂ ਨੇ ਸਲਾਹ ਦਿੱਤੀ ਹੈ ਕਿ ਜਿਹੜੇ ਚਾਰ ਸਲਾਹਕਾਰ ਨਵਜੋਤ ਸਿੰਘ ਸਿੱਧੂ ਨੇ ਨਿਯੁਕਤ ਕੀਤੇ ਨੇ ਉਹਦੇ ਵਿੱਚੋਂ ਸਲਾਹਕਾਰ ਜਿਹੜੇ ਮੁਸਤਫਾ ਹੋਰਾਂ ਨੇ ਤੇ ਜਵਾਬ ਵੀ ਦੇ ਦਿੱਤਾ ਕਿ ਮੈਂ ਕੋਈ ਅਹੁਦਾ ਨਹੀਂ ਲੈਣਾ। ਬਾਕੀਆਂ ਬਾਰੇ ਵੀ ਚਰਚਾ ਚੱਲ ਰਹੀ ਆ ਕਿ ਗਰਗ ਸਾਹਿਬ ਨੇ ਵੀ ਕਿਹਾ ਕਿ ਮੈਂ ਕੋਈ ਦਫ਼ਤਰ ਦੇ ਵਿੱਚ ਨਹੀਂ ਆਉਣਾ, ਹਾਂ ਜੋ ਮੈਨੂੰ ਲੱਗੇਗਾ ਉਹ ਜੀ ਗੱਲ ਮੈਂ ਕਰਾਂਗਾ ਬੈਠ ਕੇ। ਤੇ ਹੁਣ ਇਹ ਜਿਹੜੇ ਬੁਲਾਰੇ ਨੇ ਜਸਵਿੰਦਰ ਸਿੰਘ ਸਿੱਖਾਂ ਵਾਲਾ ਉਹਦੀ ਇਹ ਕਹਿ ਰਹੇ ਆ ਕਿ ਚਾਰਾਂ ਦੀ ਥਾਂ ਇੱਕ ਹੀ ਸਲਾਹਕਾਰ ਰੱਖ ਲਵੇ ਸਿੱਧੂ, ਤੇ ਜਿਹੜਾ ਉਹਨੂੰ ਬਸ ਇਹੀ ਦੱਸ ਦੇਵੇ ਕਿ ਭਾਈ ਕਾਕਾ ਸਰਕਾਰ ਤੇਰੀ ਪਾਰਟੀ ਦੀ ਹੋਈ ਆ। ਵੱਡੀ ਗੱਲ ਆ ਕਿ ਤੂੰ ਸਿਰਫ ਤੈਨੂੰ ਇਹੀ ਦੱਸਣ ਦੀ ਲੋੜ ਆ ਕਿ ਸਰਕਾਰ ਤੇਰੀ ਪਾਰਟੀ ਦੀ ਆ, ਤੂੰ ਸਰਕਾਰ ਦੀ ਧਿਰ ਬਣ ਕੇ ਬੋਲਣਾ ਨਾ ਕਿ ਵਿਰੋਧੀ ਧਿਰ ਬਣ ਕੇ ਬੋਲਣਾ। ਜੇ ਕੈਪਟਨ ਅਮਰਿੰਦਰ ਹੋਰੀ ਕੰਮ ਨਹੀਂ ਕਰ ਰਹੇ, ਮੰਨ ਲਓ ਕੰਮ ਨਹੀਂ ਕਰ ਰਹੇ, ਸਾਡੀ ਦੁਨੀਆਂ ਨੂੰ ਦਿਸ ਰਿਹਾ ਕਿ ਉਹ ਜੋ ਵਾਅਦੇ ਉਹਨਾਂ ਨੇ ਚੋਣ ਵਾਅਦੇ ਕੀਤੇ ਸੀ ਉਹਨਾਂ ਨੇ ਪੂਰੇ ਨਹੀਂ ਕੀਤੇ, ਉਹਦਾ ਇੱਕ ਪਾਰਟ ਇੱਕ ਪ੍ਰੋਟੋਕਾਲ ਹੁੰਦਾ, ਇੱਕ ਅਨੁਸ਼ਾਸਨ ਹੁੰਦਾ ਕਿ ਤੁਸੀਂ ਇੱਕ ਵਾਰੀ ਆਪਣੀਆਂ ਗੱਲਾਂ ਕਰ ਲਈਆਂ ਪ੍ਰਧਾਨ ਬਣਨ ਤੋਂ ਪਹਿਲਾਂ, ਤੁਸੀਂ ਸਾਰੇ ਮਸਲੇ ਲੈ ਆਉਂਦੇ, ਇਹ ਵੀ ਦੱਸ ਦਿੱਤਾ ਕਿ ਇਹਨਾਂ ਗੱਲਾਂ ਕਰਕੇ ਕੈਪਟਨ ਅਮਰਿੰਦਰ ਹੋਰੀ ਤੇ ਉਹਨਾਂ ਦੀ ਜਿਹੜਾ ਉਹਨਾਂ ਦਾ ਖੇਮਾ ਉਹ ਮੇਰੇ ਨਾਲ ਨਾਰਾਜ਼ ਆ, ਮੈਨੂੰ ਬਰਦਾਸ਼ਤ ਨਹੀਂ ਕਰ ਰਿਹਾ।
ਜਦੋਂ ਸਾਰੇ ਕੁਛ ਨੂੰ ਬਰਦਾਸ਼ਤ ਕਰਦਿਆਂ ਸਾਰਾ ਕੁਛ ਪਿੱਛੇ ਸੁੱਟ ਕੇ ਵੱਡਾ ਦਿਲ ਦਿਖਾ ਕੇ ਹਾਈ ਕਮਾਂਡ ਨੇ ਤੁਹਾਨੂੰ ਮੋਹਰੇ ਲਿਆਂਦਾ, ਕੈਪਟਨ ਅਮਰਿੰਦਰ ਨੇ ਵੀ ਕਬੂਲ ਕਰ ਲਿਆ ਕਿ ਸਾਡਾ ਪ੍ਰਧਾਨ ਆ, ਤੇ ਹੁਣ ਉਹਨਾਂ ਨੂੰ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਨਵੇਂ ਵਿਵਾਦਾਂ ਨੂੰ ਜਨਮ ਨਹੀਂ ਦੇਣਾ ਚਾਹੀਦਾ। ਇਹਦਾ ਉਲਟਾ ਨੁਕਸਾਨ ਨਵਜੋਤ ਸਿੱਧੂ ਨੂੰ ਵੀ ਕਿਤੇ ਨਾ ਕਿਤੇ ਹੋ ਰਿਹਾ, ਜਿਵੇਂ ਸਾਰੇ ਦੇ ਸਾਰੇ ਵੱਡੀ ਗਿਣਤੀ ਚ ਵਿਧਾਇਕਾਂ ਨੇ ਉਹਨਾਂ ਦਾ ਹੱਥ ਫੜਿਆ, ਉਹਨਾਂ ਦੇ ਨਾਲ ਆ ਕੇ ਖੜੋਤੇ। ਅੱਜ ਜਦੋਂ ਉਹਨਾਂ ਨੇ ਸ਼ਹਿਰੀ ਵਿਧਾਇਕਾਂ ਦੀ ਮੀਟਿੰਗ ਸੱਦੀ ਤੇ ਵੱਖ ਵੱਖ ਚੈਨਲਾਂ ਦੇ ਉੱਤੇ ਰਿਪੋਰਟਿੰਗ ਹੋ ਰਹੀ ਆ ਕਿ ਸਾਰੇ ਜਿੰਨੀ ਆਸ ਕੀਤੀ ਜਾ ਰਹੀ ਸੀ ਕਿ ਇੰਨੇ ਆਗੂ ਆ ਜਾਣਗੇ, ਉਸ ਮੀਟਿੰਗ ਚ ਉਨੇ ਆਗੂ ਨਹੀਂ ਆਏ ਜੀ। ਦੋਸਤੋ ਤੁਸੀਂ ਸੁਣਦੇ, ਉਸ ਮੀਟਿੰਗ ਚ ਨਹੀਂ ਗਏ, ਉਹਨਾਂ ਨੇ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਕਿ ਤੁਸੀਂ ਚੁੱਪ ਹੀ ਨਹੀਂ ਕਰ ਰਹੇ, ਲਗਾਤਾਰ ਤੁਸੀਂ ਗੋਲੇ ਸ਼ਬਦੀ ਗੋਲੇ ਸਵਾਲਾਂ ਦੇ ਗੋਲੇ ਸੁੱਟੀ ਜਾ ਰਹੇ ਹੋ, ਸੁੱਟੀ ਜਾ ਰਹੇ ਹੋ। ਉਹਦਾ ਆਮ ਲੋਕਾਂ ਦੇ ਵਿੱਚ ਮਜ਼ਾਕ ਬਣ ਰਿਹਾ ਪਾਰਟੀ ਦਾ ਜੀ। ਕੇਂਦਰ ਤੇ ਰਗੜੇ ਲਾਏ ਨੇ ਜੋਗਿੰਦਰ ਸਿੰਘ ਉਗਰਾਹਾਂ, ਸਖਤ ਸ਼ਬਦ ਵਰਤੇ ਨੇ ਉਹਨਾਂ ਨੇ, ਹੱਲਾ ਕੀਤਾ ਇੱਕ ਕਿਸਮ ਦਾ, ਕੀ ਕਹਿਣਾ ਚਾਹੋ ਜੀ? ਤਿੱਖੇ ਵੈਸੇ ਤੇ ਸਾਰੇ ਹੀ ਕਿਸਾਨ ਆਗੂ ਜਿਹੜੇ ਉਹ ਕੇਂਦਰ ਸਰਕਾਰ ਪ੍ਰਤੀ ਬਹੁਤ ਤਿੱਖੇ ਸ਼ਬਦ ਬੋਲਦੇ ਨੇ, ਤੇ ਹੁਣ ਉਹਨਾਂ ਨੇ ਗੱਲ ਹੁੰਦੀ ਵਾਰ ਵਾਰ ਗੱਲ ਹੁੰਦੀ ਆ ਕਿ ਕੀ ਹੋਏਗਾ, ਜਦੋਂ ਵੀ ਪੱਤਰਕਾਰ ਗੱਲ ਕਰਦੇ ਆ ਕਿ ਸਰਕਾਰ ਤਾਂ ਆਪਣਾ ਰੁੱਖ ਸਾਫ਼ ਕਰ ਚੁੱਕੀ ਆ, ਖੇਤੀ ਮੰਤਰੀ ਜਾਂ ਹੋਰ ਜਿਹੜੇ ਬੀਜੇਪੀ ਦੇ ਵਿਧਾਇਕ ਨੇ ਮੰਤਰੀ ਨੇ ਉਹ ਵਾਰ ਵਾਰ ਇਹ ਗੱਲ ਕਹਿ ਚੁੱਕੇ ਆ ਕਿ ਕਾਨੂੰਨ ਜਿਹੜੇ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਨੇ, ਫਾਇਦਾ ਪਹੁੰਚਾਉਣ ਵਾਲੇ ਆ, ਰੱਦ ਨਹੀਂ ਹੋਣੇ, ਹੋਰ ਕੋਈ ਗੱਲ ਕਰ ਲਓ। ਤੇ ਕੱਲ ਜਿਹੜਾ ਨਰਿੰਦਰ ਮੋਦੀ ਹੋਰਾਂ ਨੇ ਵੀ ਇੱਕ ਸਮਾਗਮ ਦੇ ਵਿੱਚ ਇਹ ਗੱਲ ਕਹਿ ਦਿੱਤੀ ਕਿ ਖੇਤੀ ਕਾਨੂੰਨਾਂ ਤੋਂ ਬਿਨਾਂ ਕਿਸਾਨਾਂ ਦਾ ਸੁਧਾਰ ਨਹੀਂ ਹੋ ਸਕਦਾ, ਉਹਨਾਂ ਦੀ ਹਾਲਤ ਦਾ ਸੁਧਾਰ ਨਹੀਂ ਹੋ ਸਕਦਾ। ਇਹਦਾ ਮਤਲਬ ਕਿ ਉਹਨਾਂ ਨੇ ਵੀ ਸਪਸ਼ਟ ਕਰ ਦਿੱਤਾ ਕਿ ਭਾਈ ਕਾਨੂੰਨ ਰੱਦ ਨਹੀਂ ਹੋਣੇ, ਇੱਕ ਤਰ੍ਹਾਂ ਉਹਨਾਂ ਨੇ ਇਹ ਸੰਕੇਤ ਦਿੱਤਾ। ਉਸ ਤੋਂ ਬਾਅਦ ਵਿੱਚ ਜਦੋਂ ਉਗਰਾਹਾਂ ਹੋਰਾਂ ਦੇ ਕੋਲੇ ਸਵਾਲ ਉੱਠੇ ਕਿ ਸਰਕਾਰ ਦਾ ਰੁੱਖ ਤੇ ਸਾਫ਼ ਦਿਸ ਰਿਹਾ, ਸੰਸਦ ਦੇ ਵਿੱਚ ਇੰਨੇ ਹੰਗਾਮੇ ਹੋਏ ਪੂਰੇ ਮਾਨਸੂਨ ਸੈਸ਼ਨ ਦੇ ਵਿੱਚ, ਵਿਰੋਧੀ ਧਿਰਾਂ ਰੋਸ ਮਾਰਚ ਤੱਕ ਕਰ ਰਹੀਆਂ, ਹਰ ਰੋਜ਼ ਉੱਥੇ ਰੋਸ ਪ੍ਰਦਰਸ਼ਨ ਹੁੰਦੇ ਰਹੇ, ਉਹਦੇ ਬਾਵਜੂਦ ਵੀ ਸਰਕਾਰ ਨੇ ਇਸ ਮਸਲੇ ਉੱਤੇ ਕੋਈ ਗੱਲ ਨਹੀਂ ਕੀਤੀ, ਨਾ ਕਿਸੇ ਦੀ ਗੱਲ ਸੁਣੀ ਤੇ ਨਾ ਉਹਨਾਂ ਨੇ ਕੋਈ ਗੱਲ ਕੀਤੀ। ਇਹਦਾ ਮਤਲਬ ਉਹ ਆਪਣੀ ਅੜੀ ਦੇ ਉੱਤੇ ਕਾਇਮ ਆ ਕਿ ਅਸੀਂ ਇਹਨਾਂ ਨੂੰ ਰੱਦ ਨਹੀਂ ਕਰਨਾ। ਉਹ ਵਾਰ ਵਾਰ ਇੱਕੋ ਗੱਲ ਕਹਿ ਰਹੇ ਆ ਕਿ ਤੁਸੀਂ ਸੁਧਾਰ ਕਰਵਾ ਲਓ, ਸੋਧਾਂ ਕਰਵਾ ਲਓ, ਜੋ ਮਰਜ਼ੀ ਕਰਵਾ ਲਓ, ਪਰ ਰੱਦ ਸ਼ਬਦ ਤੁਸੀਂ ਨਾ ਵਰਤੋ। ਇਹਦੇ ਬਾਰੇ ਗੱਲ ਹੋਈ ਤੇ ਜੋਗਿੰਦਰ ਉਗਰਾਹਾਂ ਹੋਰਾਂ ਨੇ ਕਿਹਾ ਕਿ ਜੇ ਜੋ ਵੀ ਗੱਲਬਾਤ ਹੋਣੀ ਆ ਉਹ ਗੱਲਬਾਤ ਹੋਣ ਲਈ ਹੀ ਗੱਲਬਾਤ ਹੋਣੀ, ਕਿ ਵੱਡੀਆਂ ਜਿਹੜੀਆਂ ਇੱਕ ਵੱਡਾ ਖੇਮਾ ਜਿਹੜਾ ਸੰਯੁਕਤ ਮੋਰਚੇ ਦਾ ਉਹਦੇ ਵਿੱਚ ਵੱਡਾ ਖੇਮਾ ਸੋਧਾਂ ਕਰਨ ਲਈ ਤਿਆਰ ਨਹੀਂ, ਤੇ ਇੱਕ ਧਿਰ ਜਿਹੜੀ ਕੁਛ ਉਹ ਇੱਕ ਸਾਈਡ ਦੇ ਉੱਤੇ ਵੀ ਹੋਣੇ ਸ਼ੁਰੂ ਹੋ ਗਏ ਨੇ, ਇਹੋ ਜਿਹੀਆਂ ਖ਼ਬਰਾਂ ਵੀ ਆਈਆਂ ਨੇ ਕਿ ਮੋਰਚੇ ਦੇ ਨਾਲ ਜੁੜੀਆਂ ਹੋਈਆਂ ਕੁਝ ਧਿਰਾਂ ਜਿਹੜੀਆਂ ਚਾਹੁੰਦੀਆਂ ਨੇ ਕਿ ਸੋਧਾਂ ਵੀ ਕਰਵਾ ਲਈਆਂ ਜਾ ਸਕਦੀਆਂ ਨੇ। ਉਹ ਤੇ ਪਾਤੋ ਧੜ ਜਿਹੜਾ ਮੋਰਚਾ ਹੋਣਾ ਸ਼ੁਰੂ ਹੋਇਆ ਉਹ ਤੇ ਸਾਰਾ ਸਾਰਾ ਕੁਛ ਸਾਰਾ ਸਪਸ਼ਟ ਹੀ ਆ। ਉਗਰਾਹਾਂ ਹੋਰਾਂ ਨੇ ਕਿਹਾ ਕਿ ਸਾਨੂੰ ਕਹਿ ਰਹੇ ਆ ਕਿ ਗੱਲਬਾਤ ਦਾ ਅਸੀਂ ਖੁੱਲਾ ਸੱਦਾ ਦਿੰਦੇ ਹਾਂ, ਅਸੀਂ ਕਿਸਾਨਾਂ ਨਾਲ ਗੱਲਬਾਤ ਕਰਨ ਵਾਸਤੇ ਤਿਆਰ ਹਾਂ, ਸਾਡੀਆਂ 11 ਮੀਟਿੰਗਾਂ ਹੋਈਆਂ, ਪਰ ਕੋਈ ਹੱਲ ਤੇ ਨਿਕਲਿਆ ਨੀ। ਹੁਣ ਵੀ ਜਦੋਂ ਅਸੀਂ ਚਿੱਠੀ ਜਿਹੜੀ ਲਾਸਟ ਲਿਖੀ ਆ ਉਹਦੇ ਵਿੱਚ ਅਸੀਂ ਲਿਖਿਆ ਕਿ ਗੱਲਬਾਤ ਅਸੀਂ ਕਹਿ ਰਹੇ ਹਾਂ ਕਿ ਹਾਂ ਅਸੀਂ ਸਰਕਾਰ ਨਾਲ ਗੱਲਬਾਤ ਕਰਨ ਵਾਸਤੇ ਤਿਆਰ ਹਾਂ, ਕਹਿੰਦੇ ਉਹਦਾ ਸਾਨੂੰ ਜਵਾਬ ਦਿੱਤਾ ਕਿ ਕਾਨੂੰਨ ਰੱਦ ਨਹੀਂ ਹੋਣੇ ਪਰ ਸਰਕਾਰ ਗੱਲਬਾਤ ਕਰਨ ਵਾਸਤੇ ਤਿਆਰ ਆ, ਤੁਸੀਂ ਕੋਈ ਪ੍ਰਸਤਾਵ ਬਦਲਾਅ ਦਾ ਲੈ ਕੇ ਆਉਣਾ ਤੇ ਉਹ ਲੈ ਕੇ ਸਾਡੇ ਕੋਲੇ ਆਓ। ਤੇ ਨਾਲ ਉਹਨਾਂ ਨੇ ਫਿਰ ਵਿਅੰਗ ਵੀ ਕੀਤਾ ਕਿ ਇਹ ਉਹ ਗੱਲ ਆ ਕਿ ਦਰਵਾਜ਼ਾ ਬੰਦ ਆ ਤੁਸੀਂ ਕੰਧ ਟੱਪ ਕੇ ਆਉਣੀ, ਤੁਸੀਂ ਜੇ ਗੱਲਬਾਤ ਕਰਨੀ ਆ, ਜੇ ਤੁਸੀਂ ਸਾਡੀ ਗੱਲ ਸੁਣਨਾ ਚਾਹੁੰਦੇ ਆ ਤੇ ਸਾਡੀਆਂ ਸ਼ਰਤਾਂ ਦੇ ਅਨੁਸਾਰ ਹੀ ਗੱਲ ਕਰੋ। ਹੁਣ ਦੋਵੇਂ ਧਿਰਾਂ ਅੜੀਆਂ ਹੋਈਆਂ ਨੇ, ਸਰਕਾਰ ਵੀ ਅੜੀ ਹੋਈ ਆ, ਇਹ ਵੀ ਅੜੇ ਹੋਏ ਨੇ। ਕੱਲ ਜਦੋਂ ਮਹਿਲ ਕਲਾਂ ਦੇ ਵਿੱਚ ਬੀਬੀ ਕਿਰਨਜੀਤ ਕੌਰ ਦੀ ਬਰਸੀ ਮਨਾਈ ਤੇ ਉੱਥੇ ਸਾਰੀਆਂ ਦੀਆਂ ਸਾਰੀਆਂ ਧਿਰਾਂ ਇਕੱਠੀਆਂ ਹੋਈਆਂ ਨੇ, ਉਹਨਾਂ ਨੇ ਉੱਥੇ ਵੀ ਸਾਫ਼ ਇਕੱਠ ਦੇ ਵਿੱਚ ਮੰਚ ਤੋਂ ਕਹਿ ਦਿੱਤਾ ਕਿ ਅਸੀਂ ਕਾਨੂੰਨ ਰੱਦ ਕਰਾਏ ਬਿਨਾਂ ਨਹੀਂ ਸੰਘਰਸ਼ ਤੋਂ ਪਿੱਛੇ ਹਟਣਾ, ਦਿੱਲੀ ਤੋਂ ਨਹੀਂ ਵਾਪਸ ਮੁੜਨਾ, ਚਾਹੇ ਸਾਨੂੰ ਇਹ ਲੜਾਈ 2024 ਤੱਕ ਕਿਉਂ ਨਾ ਲੜਨੀ ਪਵੇ। ਮਾਨਸਿਕ ਤੌਰ ਦੇ ਉੱਤੇ ਲੋਕਾਂ ਨੂੰ ਤਿਆਰ ਕੀਤਾ ਜਾ ਰਿਹਾ ਕਿ ਜੇ ਸਰਕਾਰ ਦਾ ਇਹੀ ਰੁੱਖ ਰਿਹਾ, ਜੇ ਉਹਨਾਂ ਨੇ ਰੱਦ ਨਹੀਂ ਕਰਨੇ, ਤੁਸੀਂ ਤੁਹਾਨੂੰ ਸੋਧਾ ਮਨਜ਼ੂਰ ਨਹੀਂ, ਉਹਨਾਂ ਨੂੰ ਰੱਦ ਸ਼ਬਦ ਮਨਜ਼ੂਰ ਨਹੀਂ, ਤਾਂ ਮਤਲਬ ਕਿ ਮਸਲੇ ਦਾ ਹੱਲ ਨਹੀਂ ਨਿਕਲੇਗਾ, ਫਿਰ ਤੇ ਲੜਾਈ 2024 ਤੱਕ 2024 ਤੱਕ ਚੱਲੇਗੀ। ਅਗਲੀ ਜਿਹੜੀ ਸਰਕਾਰ ਆਏਗੀ ਫਿਰ ਉਹਦੇ ਖਾਤੇ ਦੇ ਵਿੱਚ ਰਹਿ ਜਾਏਗਾ ਕਿ ਉਹ ਕੀ ਕਰਦੀ ਹੈ ਇਸ ਮਸਲੇ ਨੂੰ ਲੈ ਕੇ ਜੀ। ਅਗਲਾ ਕੁਐਸਚਨ, ਸ਼ਿਵ ਸੈਨਾ ਪੰਜਾਬ ਗੁਰਪਤਵੰਤ ਪੰਨੂ ਦੇ ਵਿਰੋਧ ਚੋਂ ਤਿਰੰਗਾ ਯਾਤਰਾ ਕੱਢਣ ਜਾ ਰਿਹਾ। ਗੁਰਪਤਵੰਤ ਪੰਨੂ ਹੁਣਾਂ ਦਾ ਪਤਾ ਨਹੀਂ ਕਿ ਉਹ ਆਡੀਓ ਹੈ ਜਿਹੜਾ ਚਰਚਾ ਦੇ ਵਿੱਚ ਹੈ, ਵੈਸੇ ਉਹ ਆਪਣੇ ਟੀਵੀ ਦੇ ਉੱਤੇ ਚੈਲੰਜ ਕਰਿਆ ਕਰਦੇ ਨੇ, ਪਰ ਇਹਦਾ ਕੀ ਕਾਰਨ ਹੈ ਕਿ ਇੱਕ ਆਡੀਓ ਜਿਹੜੀ ਹੈ ਉਹ ਧਮਕਾਉਣ ਵਾਲੀ ਆ ਰਹੀ ਹੈ? ਹੁਣ ਗੁਰਪਤਵੰਤ ਸਿੰਘ ਪੰਨੂ ਨੇ ਧਮਕਾਇਆ ਜਾਂ ਨਹੀਂ ਧਮਕਾਇਆ ਉਹ ਆ ਕੇ ਕਲੀਅਰ ਜ਼ਰੂਰ ਕਰਨ ਆਪਣੇ ਹੀ ਮੀਡੀਆ 'ਤੇ ਕਰ ਦੇਣ ਉਹ, ਤਾਂ ਕਿ ਕਲੀਅਰ ਹੋ ਜਾਵੇ। ਪਰੰਤੂ ਉਹਨਾਂ ਦੀ ਆੜ ਹੇਠ ਜੋ ਉੱਥੇ ਹੋ ਰਿਹਾ, ਕੁਝ ਨੌਜਵਾਨ ਉਹਨਾਂ ਦੇ ਪਿੰਡ ਵੀ ਗਏ ਨੇ ਉੱਥੇ, ਉਹ ਝੰਡਾ ਚਲਾ ਕੇ ਵੀ ਆਏ ਨੇ, ਕੀ ਕਹਿਣਾ ਚਾਹੋ?
ਬਿਲਕੁਲ ਮਾਹੌਲ ਇੱਕ ਅਜੀਬ ਤਰ੍ਹਾਂ ਦਾ। ਵੈਸੇ ਵੱਡੀ ਗਿਣਤੀ ਦਿਲਬਾਗ ਜੀ ਸਾਡੇ ਲੋਕਾਂ ਨੂੰ ਵੱਡੀ ਗਿਣਤੀ ਲੋਕਾਂ ਨੂੰ ਪਤਾ ਕਿ ਸਿਆਸੀ ਡਰਾਮਾ ਹੀ ਹੁੰਦਾ, ਯਾਬਾਂ ਦਾ ਭੇੜ ਹੀ ਹੁੰਦਾ, ਇਹਦੇ ਚ ਨਿਕਲਣਾ ਵੜਨਾ ਕੁਝ ਵੀ ਨਹੀਂ ਹੁੰਦਾ। ਕੁਝ ਚਿਰ ਲਈ ਇਹੋ ਜਿਹਾ ਮਾਹੌਲ ਬਣਾ ਦਿੱਤਾ ਜਾਂਦਾ ਕਿ ਪਤਾ ਨੀ ਕੀ ਹੋ ਗਿਆ, ਸ਼ੇਰ ਆ ਗਿਆ, ਸ਼ੇਰ ਆ ਗਿਆ, ਸ਼ੇਰ ਆ ਗਿਆ, ਤੇ ਬਾਅਦ ਵਿੱਚ ਕੁਝ ਵੀ ਨੀ ਨਿਕਲਦਾ। ਇਹੋ ਜਿਹਾ ਮਾਹੌਲ ਖਾਸ ਕਰਕੇ ਜਦੋਂ 15 ਅਗਸਤ ਹੁੰਦਾ, 26 ਜਨਵਰੀ ਹੁੰਦੀ ਆ, ਜਾਂ ਜਦੋਂ ਦੀਵਾਲੀ ਹੁੰਦੀ, ਦੁਸਹਿਰਾ ਹੁੰਦਾ, ਕੋਈ ਇਹੋ ਜਿਹੇ ਵੱਡੇ ਤਿਉਹਾਰ ਹੁਣੇ ਹੁੰਦੇ ਆ ਦੇਸ਼ ਦੇ ਵਿੱਚ, ਉਦੋਂ ਸਾਡੀਆਂ ਏਜੰਸੀਆਂ ਵੀ ਇਹੋ ਜਿਹੇ ਮਸਲੇ ਉਭਾਰਦੀਆਂ ਨੇ ਕਿ ਕੋਈ ਅੱਤਵਾਦੀ ਹਮਲਾ ਹੋ ਸਕਦਾ, 100 ਅੱਤਵਾਦੀ ਆ ਗਏ, 1000 ਲੋਕ ਆ ਗਏ, ਅਸਲਾ ਆ ਗਿਆ, ਪਲਾਨ ਹੋ ਗਿਆ, ਢੀਲ ਹੋ ਗਿਆ, ਬਾਅਦ ਵਿੱਚ ਸਾਰਾ ਕੁਝ ਬੜੀ ਸ਼ਾਂਤੀ ਨਾਲ ਸਾਰਾ ਕੁਝ ਹੋ ਜਾਂਦਾ। ਇੱਕਾ ਦੁੱਕਾ ਘਟਨਾਵਾਂ ਸਰਹੱਦੀ ਹਲਕਿਆਂ ਦੇ ਵਿੱਚ ਜ਼ਰੂਰ ਵਾਪਰਦੀਆਂ ਰਹਿੰਦੀਆਂ ਨੇ। ਜਿਹੜਾ ਗੁਰਪਤਵੰਤ ਪੰਨੂ ਹੋਰਾਂ ਨੇ ਲਗਾਤਾਰ ਕਿਸਾਨ ਅੰਦੋਲਨ ਨੂੰ ਲੈ ਕੇ ਵੀ ਇੱਕ ਉਹਨਾਂ ਨੇ ਵੀਡੀਓ ਦੇ ਵਿੱਚ ਵੀ ਕਿਹਾ, ਫਿਰ ਉਹਨਾਂ ਦੇ ਆਡੀਓ ਆਉਣੇ ਸ਼ੁਰੂ ਹੋ ਗਏ ਕਿ ਇਸ ਮਸਲੇ ਦਾ ਹੱਲ ਸਿਰਫ ਖਾਲਿਸਤਾਨ ਆ, ਅਸੀਂ ਖਾਲਿਸਤਾਨ ਬਣਾ ਕੇ ਰਵਾਂਗੇ। ਇਹਨੂੰ ਆਧਾਰ ਬਣਾ ਕੇ ਹੀ ਉਹਨਾਂ ਨੇ ਵੱਖ ਵੱਖ ਆਗੂਆਂ ਨੂੰ ਧਮਕੀਆਂ ਦਿੱਤੀਆਂ ਸੀ ਕਿ ਤੁਸੀਂ 15 ਅਗਸਤ ਨੂੰ ਤਿਰੰਗਾ ਝੰਡਾ ਨਹੀਂ ਲਹਿਰਾਉਣਾ। ਉਹਨੂੰ ਮਸਲੇ ਨੂੰ ਲੈ ਕੇ ਕਿ ਅਸੀਂ ਗੁਰਪਤਵੰਤ ਸਾਡੇ ਆਗੂਆਂ ਨੂੰ ਧਮਕੀ ਦੇ ਰਿਹਾ, ਗਿੱਦੜ ਭਬਕੀਆਂ ਮਾਰ ਰਿਹਾ, ਤੇ ਇਹ ਸ਼ਿਵ ਸੈਨਾ ਵਰਗੀਆਂ ਜਿਹੜੀਆਂ ਜਥੇਬੰਦੀਆਂ ਨੇ ਆਪਣੀ ਹੋਂਦ ਬਚਾਉਣ ਲਈ ਲੜ ਰਹੀਆਂ, ਜਾਂ ਮੀਡੀਆ ਦੇ ਜ਼ਰੀਏ ਦਰਸਾਉਣਾ ਚਾਹੁੰਦੀਆਂ, ਲੋਕਾਂ ਦੇ ਵਿੱਚ ਆਪਣਾ ਪ੍ਰਭਾਵ ਦਿਖਾਉਣਾ ਚਾਹੁੰਦੀਆਂ, ਉਹਨਾਂ ਨੂੰ ਇੱਕ ਮੌਕਾ ਮਿਲ ਜਾਂਦਾ ਕਿ ਇੱਕ ਬੰਦਾ ਖਾਲਿਸਤਾਨ ਦੇ ਹੱਕ 'ਚ ਬੋਲ ਰਿਹਾ, ਅਸੀਂ ਉਹਦਾ ਮੂੰਹ ਤੋੜ ਜਵਾਬ ਦੇਣਾ ਆਪਣੇ ਤਰੀਕੇ ਨਾਲ। 15-20 ਜਿੰਨੇ ਵੀ 100-50 ਬੰਦੇ ਇਕੱਠੇ ਹੋ ਗਏ, ਉਹ ਇੱਕ ਮਾਰਚ ਕੱਢਣਗੇ। ਐਲਾਨ ਕੀਤਾ ਉਹਨਾਂ ਨੇ ਕਿ ਜਲੰਧਰ ਦੇ ਵਿੱਚ ਉਹ ਮਾਰਚ ਕਰਨਗੇ 15 ਅਗਸਤ, ਤੇ ਉਹਨਾਂ ਨੇ ਕਿਹਾ ਕਿ ਕਿਉਂ ਅਸੀਂ ਮਾਰਚ ਇਸ ਕਰਕੇ ਕਰਨਾ, ਤਿਰੰਗਾ ਯਾਤਰਾ ਇਸ ਕਰਕੇ ਕੱਢਣੀ ਆ ਕਿਉਂਕਿ ਗੁਰਪਤਵੰਤ ਪੰਨੂ ਹੋਰਾਂ ਨੇ ਹਰਿਆਣਾ, ਹਿਮਾਚਲ ਤੇ ਪੰਜਾਬ ਦੇ ਸਿਆਸੀ ਆਗੂਆਂ ਨੂੰ ਧਮਕੀਆਂ ਦਿੱਤੀਆਂ ਸੀ। ਸਵਾਲ ਤਾਂ ਇਹ ਪੈਦਾ ਹੁੰਦਾ ਕਿ ਗੁਰਪਤਵੰਤ ਸਿੰਘ ਪੰਨੂ ਆਪਣੇ ਟੈਲੀਵਿਜ਼ਨ ਤੇ ਸ਼ਰੇਆਮ ਜਿਵੇਂ ਪਹਿਲਾਂ ਵੀਡੀਓ ਤੇ ਚੈਲੰਜ ਕਰਦੇ, ਪਰ ਇੱਕ ਆਡੀਓ ਜਿਹੜੀ ਹੈ ਮਿਰਕਰੀ ਵੀ ਕਿਸੇ ਨੇ ਕੀਤੀ ਹੋ ਸਕਦੀ, ਜਿਵੇਂ ਤੁਸੀਂ ਮਤਲਬ ਸ਼ੱਕ ਜ਼ਾਹਰ ਕੀਤਾ ਕਿ ਉਹਨਾਂ ਦੀ ਹੈ ਜਾਂ ਨਹੀਂ ਹੈ, ਪਰ ਉਹਨਾਂ ਨੂੰ ਗੁਰਪਤਵੰਤ ਸਿੰਘ ਪੰਨੂ ਉਹਨਾਂ ਨੂੰ ਆ ਕੇ ਇਹਦੀ ਕਲੀਅਰ ਕਰ ਦੇਣੀ ਚਾਹੀਦੀ, ਜਾਂ ਉਹ ਸੋਚਦੇ ਨੇ ਕਿ ਠੀਕ ਹੈ ਸਾਡਾ ਕੰਮ ਕੋਈ ਹੋਰ ਕਰੀ ਜਾਂਦਾ, ਸਾਨੂੰ ਕੀ ਲੋੜ ਆ, ਕਿਉਂਕਿ ਉਹਨਾਂ ਦਾ ਤਾਂ ਏਜੰਡਾ ਸਾਫ਼ ਹੀ ਆ ਨਾ ਜੀ, ਉਹਨਾਂ ਨੇ ਤਾਂ ਆਪਣਾ ਏਜੰਡਾ ਸਾਫ਼ ਕੀਤਾ ਹੋਇਆ ਕਿ ਅਸੀਂ ਤਾਂ ਖਾਲਿਸਤਾਨ ਲੈਣਾ। ਪਰ ਆਹ ਜਿਹੜੀ ਇਸ ਤਰੀਕੇ ਦੇ ਨਾਲ ਉਹਨਾਂ ਦੀ ਆਡੀਓ ਹੈ, ਜਦੋਂ ਕਿ ਉਹ ਟੀਵੀ 'ਤੇ ਆ ਕੇ ਸ਼ਰੇਆਮ ਜਿਹੜਾ ਹੈ ਉਹ ਲੜਕਾਰਦੇ ਨੇ ਜਾਂ ਆਪਣੀ ਗੱਲ ਕਹਿੰਦੇ ਨੇ, ਉਹ ਇੱਕ ਬੜਾ ਵੱਡਾ ਸਵਾਲ ਹੈ। ਦੂਸਰੀ ਗੱਲ ਜਿਹੜਾ ਤੁਸੀਂ ਹੁਣੇ ਹੀ ਖਬਰ ਸੁਣਾ ਕੇ ਗਏ ਹੋ ਇੱਕ ਆਪਣੀ ਖਬਰਾਂ ਦੇ ਵਿੱਚ ਕਿ ਅੰਮ੍ਰਿਤਸਰ ਦਾ ਇੱਕ ਪੌਲਿਸ਼ ਏਰੀਆ ਹੈ ਰਣਜੀਤ ਐਵਨਿਊ, ਉੱਥੇ ਘਰ ਦੇ ਅੱਗੇ ਗਰਨੇਡ ਮਿਲਿਆ। ਉਹ ਬਚਪਨ 'ਚ ਯਾਦ ਆ ਗਿਆ, ਬੇਰ ਲੈਣ ਜਾਈਦੇ ਹੁੰਦੇ ਸੀਗੇ ਤੇ ਕਿਤੇ ਬੋਝਾ ਪਾਟਾ ਹੁੰਦਾ ਸੀ ਤੇ ਬੇਰ ਡਿੱਗਦੇ ਜਾਂਦੇ ਹੁੰਦੇ ਸੀ, ਹਨਾ ਤੇ ਕਹਿੰਦੇ ਕਹਾਵਤ ਵੀ ਇੱਕ ਡੁੱਲੇ ਬੇਰਾਂ ਦਾ ਕੁਝ ਨੀ। ਸੋ ਇਹ ਇੱਕ ਗਰਨੇਡ ਕੀ ਕਿਸੇ ਦਾ ਬੁੱਝ 'ਚੋਂ ਡਿੱਗ ਪਿਆ, ਕਿ ਜਾਂ ਕੋਈ ਉੱਥੇ ਗਰਨੇਡ ਜਿਹੜਾ ਸੀਗਾ ਉਹ ਛੱਡ ਕੇ ਗਿਆ, ਆਸੇ ਪਾਸੇ CCTV ਕੈਮਰੇ ਖਾਸ ਤੌਰ 'ਤੇ ਤੁਸੀਂ ਜੇ ਰਣਜੀਤ ਐਵਨਿਊ ਦੀ ਗੱਲ ਕਰਦੇ ਹੋ ਤਾਂ ਉੱਥੇ ਤਾਂ ਮਤਲਬ ਹਰ ਇੱਕ ਉਹ ਵਰਗ ਰਹਿੰਦਾ ਜਿਹਦੇ ਕੋਲ ਬਹੁਤ ਵੱਡੀ ਸਰਮਾਇਆ, ਉੱਥੇ ਮਾੜਾ ਬੰਦਾ ਤੇ ਉੱਥੇ ਰੇਹੜੀ ਨਹੀਂ ਲਾ ਸਕਦਾ, ਰੇਹੜੀ ਤੋਂ ਸਮਾਨ ਨਹੀਂ ਲੈ ਸਕਦਾ। ਸੋਰੀ, ਬਿਲਕੁਲ ਸਵਾਲਾਂ ਦੇ ਘੇਰੇ ਚ ਦਿਲਬਾਗ ਜੀ। ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਜਦੋਂ ਇਹਨਾਂ ਨੇ ਟਿਫਨ ਬੰਬ ਦੀ ਗੱਲ ਕੀਤੀ ਸੀ ਕਿ ਡਰੋਨ ਰਾਹੀਂ ਇੰਨਾ ਅਸਲਾ ਆ ਗਿਆ, ਕਾਰਤੂਸ ਆ ਗਏ, ਟਿਫਨ ਬੰਬ ਆ ਗਏ, ਆਹ ਹੋ ਗਿਆ, ਉਹ ਹੋ ਗਿਆ, ਉਦੋਂ ਵੀ ਮੀਡੀਆ ਹਲਕੇ ਦੇ ਵਿੱਚ ਜਿਹੜੇ ਇਹੋ ਜਿਹੀਆਂ ਸਰਗਰਮੀਆਂ ਦੇ ਉੱਤੇ ਨਿਗਾਹ ਰੱਖਣ ਵਾਲੇ ਸਿਆਸੀ ਲੋਕ ਨੇ, ਸਿਆਸੀ ਬੁੱਧੀਜੀਵੀ ਨੇ, ਉਹਨਾਂ ਨੇ ਸਵਾਲ ਕੀਤੇ ਸੀ ਕਿ ਇੱਕ ਪਾਸੇ ਤੁਸੀਂ ਕਹਿ ਰਹੇ ਹਾਂ ਆਜ਼ਾਦੀ ਜਸ਼ਨਾਂ ਨੂੰ ਲੈ ਕੇ ਅਸੀਂ ਚੱਪੇ ਚੱਪੇ ਦੇ ਉੱਤੇ ਪਹਿਰਾ ਲਾਇਆ ਹੋਇਆ, ਸਾਡੀਆਂ ਖੁਫੀਆ ਏਜੰਸੀਆਂ, ਸੁਰੱਖਿਆ ਏਜੰਸੀਆਂ, ਸਾਰਾ ਸਾਡਾ ਤੰਤਰ ਬਲਾ ਬਲਾ, ਸਾਰੇ ਦੇ ਸਾਰੇ ਪੂਰੇ ਦੇ ਪੂਰੇ ਚੌਕਸ ਨੇ, ਚਿੜੀ ਨੀ ਪਰ ਮਾਰ ਸਕਦੀ, ਤੇ ਫਿਰ ਉਹ ਸਾਰਾ ਕੁਝ ਕਿੱਦਾਂ ਹੋ ਰਿਹਾ? ਉਹ ਤੇ ਚਲੋ ਤੁਸੀਂ ਕਹਿ ਦਿੱਤਾ ਕਿ ਡਰੋਨ ਰਾਹੀਂ ਉੱਥੇ ਆ ਗਏ, ਉਹਦਾ ਇੱਕ ਤੁਸੀਂ ਬਹਾਨਾ ਵੀ ਬਣਾ ਲਿਆ ਕਿ ਹਾਂਜੀ ਡਰੋਨ ਵੀ ਉੱਥੇ ਦੇਖਿਆ ਗਿਆ, ਇੱਕ ਕਿਸਾਨ ਨੇ ਦੇਖ ਲਿਆ, ਜਾਂ ਇੱਕ ਡਿੱਗਿਆ ਹੋਇਆ ਵੀ ਮਿਲ ਗਿਆ ਗੁਰਦਾਸਪੁਰ ਏਰੀਏ ਦੇ ਵਿੱਚ। ਪਰ ਇਹ ਜਿਹੜਾ ਹੈਂਡ ਗ੍ਰਨੇਡ ਆ, ਇਹਦੇ ਬਾਰੇ ਤੇ ਬਿਲਕੁਲ ਸਾਫ਼ ਹੀ ਸਵਾਲਾਂ ਦੇ ਵਿੱਚ ਹੀ ਖੜਾ ਹੁੰਦਾ, ਸਾਰੇ ਦਾ ਸਾਰਾ ਤੰਤਰ ਖੜਾ ਹੁੰਦਾ ਕਿ ਹੈਂਡ ਗ੍ਰਨੇਡ ਕੋਈ ਛੋਟੀ ਜਿਹੀ ਚੀਜ਼ ਤੇ ਹੈ ਨੀ। ਫਿਰ ਤੁਸੀਂ ਇਹ ਵੀ ਕਹਿ ਰਹੇ ਹਾਂ ਕਿ ਉਹਦੀ ਪਿੰਨ ਵੀ ਕੱਢੀ ਹੋਈ ਸੀ, ਤੇ ਪਿੰਨ ਕੱਢੀ ਹੋਈ ਸੀ, ਉਹ ਕਿਸੇ ਵੇਲੇ ਫਟ ਵੀ ਸਕਦਾ ਸੀ। ਇੰਨੇ ਵੱਡੇ ਇੰਨੇ ਪੌਸ਼ ਏਰੀਏ ਦੇ ਵਿੱਚ ਕੋਈ ਆ ਕੇ ਇੱਕ ਮਤਲਬ ਅਮਰੂਦ ਵਾਂਗੂ ਜਾਂ ਰੋੜੇ ਵਾਂਗੂ ਕੋਈ ਚੀਜ਼ ਰੱਖ ਜਾਂਦਾ, ਫਿਰ ਉੱਥੇ ਪਤਾ ਲੱਗ ਜਾਂਦਾ, ਸਫਾਈ ਵਾਲੇ ਦੇਖਦੇ ਆ, ਉਹ ਫੋਨ ਕਰਦੇ ਆ, ਪੁਲਿਸ ਆਉਂਦੀ ਆ, ਤੁਸੀਂ ਚੁੱਕ ਕੇ ਲੈ ਜਾਂਦੇ ਹੋ, ਬੰਬ ਜਿਹੜੇ ਨਕਾਰਾ ਕਰਨ ਵਾਲੇ ਦਸਤੇ ਨੂੰ ਬੁਲਾਉਂਦੇ ਆ, ਉਹ ਫਿਰ ਲੈ ਕੇ ਇਹਨੂੰ ਨਕਾਰਾ ਕਰਦੇ ਆ। ਇਹਦਾ ਮਤਲਬ ਕਿ ਕਿਤੇ ਨਾ ਕਿਤੇ ਕੁਛ ਨਾ ਕੁਛ ਤੇ ਹੈ ਜੀ। ਹੁਣ ਜੇ ਮੈਂ ਬੋਲੂੰਗੀ ਜਿਹੜੇ ਜਿੱਥੇ ਮੈਂ ਰਹਿ ਰਹੀ ਹਾਂ ਉੱਥੇ ਨਹੀਂ ਬੋਲਣਾ ਚਾਹੀਦਾ, ਸਾਡੇ ਤੇ ਬੜੇ ਪਤਾ ਨੀ ਕੀ UAPA ਫਲਾਣ ਫਲਾਣ ਕਰਦੇ ਤੇ ਬੜੇ ਸਖਤ ਐਕਟ ਵੀ ਬਣੇ ਹੋਏ ਆ ਕਿ ਤੁਸੀਂ ਸਵਾਲ ਹੀ ਨਹੀਂ ਕਰ ਸਕਦੇ। ਸਵਾਲ ਹੀ ਨਹੀਂ ਕਰ, ਪਰ ਸਵਾਲਾਂ ਦਾ ਤਾਂ ਤੁਸੀਂ ਆਪ ਹੀ ਸਾਰਾ ਕੁਝ ਖੜਾ ਕਰਦੇ ਹੋ, ਸਵਾਲ ਤਾਂ ਆਪ ਹੀ ਪੈਦਾ ਹੋ ਜਾਂਦੇ ਕਿ
ਪ੍ਰੋਗਰਾਮ ਰੰਗਲਾ ਪੰਜਾਬ ਖਬਰਾਂ ਹਿੰਦੀ ਦੀਆਂ ਵੀ ਪੇਸ਼ ਕਰਨੀਆਂ ਨੇ। ਮੈਂ ਗੱਲ ਕਰਕੇ ਰਿਹਾ ਕਿ ਸੱਪ ਨੇ ਡੰਗਿਆ ਤਾਂ ਬੰਦੇ ਨੇ ਸੱਪ ਨੂੰ ਹੀ ਚੱਕ ਵੱਢ ਲਿਆ। ਵੈਸੇ ਤਾਂ ਸੱਪ ਵੇਖ ਕੇ ਮੂੰਹ ਚੋਂ ਹੱਪ ਨਿਕਲਦਾ, ਸੱਪ ਤਾਂ ਨਿਕਲਦਾ ਹੀ ਨਹੀਂ ਮਾੜੇ ਬੰਦੇ ਦਾ। ਕੀ ਕਹਿਣਾ ਚਾਹੋਗੇ, ਐਡਾ ਜਿਗਰਾ ਕਿ ਸੱਪ ਨੂੰ ਚੱਕ ਵੱਢ ਲਿਆ। ਜੀ, ਉੜੀਸਾ ਦੀ ਘਟਨਾ ਜੀ, ਜਾਜਪੁਰ ਦੀ। ਕਿਸਾਨ ਸੀ, ਉਹ ਆਪਣੇ ਖੇਤ ਤੋਂ ਵਾਪਸ ਆ ਰਿਹਾ ਸੀ ਰਾਤ ਨੂੰ, ਤੇ ਉਹਨੂੰ ਲੱਗਿਆ ਕਿ ਜਦੋਂ ਤੁਰਿਆ ਆਉਂਦਾ ਸੀ ਕਿ ਕਿਸੇ ਚੀਜ਼ ਨੇ ਕੱਟ ਲਿਆ, ਤੇ ਉਹ ਕਹਿੰਦਾ ਮੈਂ ਜਦੋਂ ਟੋਰਚ ਨਾਲ ਦੇਖਿਆ ਤੇ ਸੱਪ ਸੀ, ਤੇ ਮੈਨੂੰ ਗੁੱਸਾ ਆਇਆ, ਮੈਂ ਫੜ ਲਿਆ ਤੇ ਦੰਦਾਂ ਨਾਲ ਉਹਨੂੰ ਕੱਟ ਦਿੱਤਾ, ਸੱਪ ਮਰ ਗਿਆ। ਸੱਪ ਮਰ ਗਿਆ। ਜਦੋਂ ਬੰਦਾ ਘਰ ਗਿਆ, ਘਰ ਵਾਲੀ ਨੇ ਕਿਹਾ ਕਿ ਡਾਕਟਰ ਕੋਲ ਜਾਓ, ਦਿਖਾਓ ਕਿਸੇ ਨੂੰ ਕਿ ਜੇ ਸੱਪ ਨੇ ਡੰਗਿਆ ਤੇ ਦਿਖਾਉਣਾ ਚਾਹੀਦਾ। ਕਹਿੰਦਾ ਮੈਨੂੰ ਕੁਛ ਨੀ ਹੋਣ ਲੱਗਿਆ, ਤੇ ਵਾਕਈ ਕਿਹਾ ਜਾ ਰਿਹਾ ਕਿ ਬੁੱਧਵਾਰ ਦੀ ਘਟਨਾ, ਤੇ ਉਹ ਬੰਦਾ ਨੰਬਰ 9 ਆ, ਉਹਨੂੰ ਕੁਝ ਨੀ ਹੋਇਆ। ਸੱਪ ਕਿਹੜਾ ਸੀ, ਮਿੱਟੀ ਖਾਣਾ ਹੀ ਕੋਈ ਹੋਣਾ ਜੀ, ਜਾਂ ਫਿਰ ਬੰਦੇ ਨੇ ਕੋਈ ਕਿਸੇ ਸਿਆਸੀ ਆਗੂ ਦਾ ਜੂਠਾ ਖਾਧਾ ਹੋਣਾ, ਜਿਹੜਾ ਕੋਈ ਕੱਟੜ ਪ੍ਰਸਤ ਹੋਣਾ। ਇੱਥੇ ਰੱਖ, ਹਾਂ ਗੱਲ ਕੀਤੀ, ਸੱਪ ਨੂੰ ਸੱਪ ਕੱਟੇ ਯਾਰ ਕਿਨੂੰ ਚੜੇ। ਬਹੁਤ ਮਿਹਰਬਾਨੀ ਅਮਨ ਜੀ, ਥੈਂਕ ਯੂ ਵੈਰੀ ਮੱਚ, ਸ਼ੁਕਰੀਆ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।